ਓਸਵਾਲ ਇੱਕ ਪਾਪੂਰ ਨਾਂ ਹੈ ਸ਼ਹਿਰ ਦੇ ਵਿੱਚ, ਉਹ ਫੈਕਟਰੀ ਨੂੰ ਅੱਗ ਲੱਗੀ ਹੋਈ ਆ। ਓਸਵਾਲ ਉਹ ਮੇਰੇ ਕੋਲ ਪਰਚੇ ਨਹੀਂ ਹੈ, ਅੱਗ ਬਹੁਤ ਆ, ਜਿਹਨੂੰ ਆਪਾਂ ਮੇਜਰ ਫਾਇਰ ਗੱਲ ਕਹਿੰਦੇ ਆ ਉਹ ਅੱਗ ਹੈ। ਇਹਨੂੰ ਅੱਗ ਨੂੰ ਹੁਣ ਤਾਂ ਕੰਟਰੋਲ ਚ ਹੋ ਗਿਆ, ਇੱਥੇ ਪਾਣੀ ਦਾ ਅਰੇਂਜਮੈਂਟ ਹੋ ਗਿਆ। ਪਹਿਲਾਂ ਮੇਰੇ ਕੋਲ ਕੋਈ ਅਰੇਂਜਮੈਂਟ ਨਹੀਂ ਸੀ, ਹੁਣ ਮੈਨੂੰ ਪਾਣੀ ਦਾ ਅਰੇਂਜਮੈਂਟ ਕਰਨਾ ਪਿਆ ਤੇ ਗੱਡੀਆਂ ਵੀ ਮੰਗਾਈਆਂ। 6 ਗੱਡੀਆਂ ਸਾਡੇ ਕੋਲ ਪਾਣੀ ਦੀਆਂ ਆ ਗਈਆਂ, ਉਹ 6 ਗੱਡੀਆਂ ਦੇ ਨਾਲ ਮੈਂ ਫਾਇਰ ਕਾਲ ਨੂੰ ਕੰਟਰੋਲ ਕੀਤਾ। ਹਾਂ, ਹੋਰ ਗੱਡੀਆਂ ਵੀ ਮੈਂ ਮੰਗਵਾਈਆਂ। ਇਹ ਅੱਗ ਬਾਰੇ ਤਾਂ ਹੁਣ ਮਾਲਕ ਹੀ ਦੱਸਣਗੇ ਕਿਵੇਂ ਲੱਗੀ ਆ। ਕਿੰਨੇ ਘੰਟੇ ਹੋ ਗਏ? 2 ਘੰਟੇ ਤਾਂ ਹੋਈ ਗਏ। ਨਹੀਂ, ਇਹ ਨੀ ਮੈਂ ਦੱਸ ਸਕਦਾ, ਮੈਂ ਤਾਂ ਮੌਕੇ ਤੇ ਪਹੁੰਚ ਗਿਆ ਸੀ ਤੇ ਅੱਗ ਬੁਝਾਉਣੀ ਸ਼ੁਰੂ ਕਰਤੀ। ਹਾਂਜੀ, ਦਰਜਨ ਗੱਡੀਆਂ ਮੈਂ ਹੋਰ ਮੰਗਾ ਰਿਹਾ ਤੇ ਇੱਥੇ ਅੱਗ ਤੇ ਲਾਊਂਗਾ, ਨਹੀਂ ਅੱਗ ਬੁਝਾਊਂਗਾ।